ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਡਿਜੀਟਲ ਤੇ ਮੈਂ ਹਾਂ ਰੂਹੀ ਗਰੋਵਰ ਖਬਰਾਂ ਦਾ ਸਾਰ ਵਿੱਚ ਇੱਕ ਵਾਰ ਮੁੜ ਤੋਂ ਲੈ ਕੇ ਹਾਜ਼ਰ ਹਾਂ ਦਿਨ ਭਰ ਦੀਆਂ 10 ਪ੍ਰਮੁੱਖ ਖਬਰਾਂ ਪੰਜਾਬ ਵਿਧਾਨ ਸਭਾ ਵਿੱਚ ਗੂੰਜਿਆ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਐਮ ਮਾਨ ਤੋਂ ਕੀਤੀ ਮੰਗ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਜਲਦ ਤੋਂ ਜਲਦ ਕੀਤਾ ਜਾਵੇ ਗ੍ਰਿਫਤਾਰ ਵੜਿੰਗ ਨੇ ਕਿਹਾ ਅੰਮ੍ਰਿਤਪਾਲ ਦੇ ਸਲਾਹਕਾਰ ਲਾਹੌਰ ਜਾਂਦੇ ਹਨ ਤੇ ਆਈਐਸਆਈ ਦੇ ਨਾਲ ਮਿਲ ਕੇ ਸਾਡੇ ਦੇਸ਼ ਵਿੱਚ ਕੁਝ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹੋਇਆ ਸੀਐਮ ਮਾਨ ਦਾ ਮੁਰੀਦ ਕਿਹਾ ਆਮ ਘਰ ਦੇ ਮੁੰਡੇ ਨੂੰ ਸੀਐਮ ਬਣਿਆ ਵੇਖ ਹੁੰਦਾ ਮਾਣ ਮਹਿਸੂਸ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਵਿਧਾਨ ਸਭਾ ਤੋਂ ਦਹਾੜ ਕਿਹਾ ਬੇਅਦਬੀ ਕਰਨ ਵਾਲਿਆਂ ਨੂੰ ਜਾਂ ਉਮਰ ਕੈਦ ਜਾਂ ਫਾਂਸੀ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਖਬੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਮੈਜਿਸਟ੍ਰੇਟ ਅਜੇਪਾਲ ਸਿੰਘ ਦੀ ਅਦਾਲਤ ਤੋਂ ਸੰਮਨ ਹੋਏ ਜਾਰੀ 23 ਮਾਰਚ ਨੂੰ ਹੋਵੇਗੀ ਪੇਸ਼ੀ ਪਰਲਸ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਸੀਬੀਆਈ ਵੱਲੋਂ ਕੀਤਾ ਗਿਆ ਗ੍ਰਿਫਤਾਰ ਗਿੱਲ ਨੂੰ ਬਹੁ ਕਰੋੜੀ ਪੂੰਜੀ ਘਟਾਲੇ ਵਿੱਚ ਫਿਜ਼ੀ ਤੋਂ ਕੀਤਾ ਗਿਆ ਸੀ ਰਿਪੋਰਟ ਅਜਨਾਲਾ ਘਟਨਾ ਮਾਮਲੇ ਦੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਮਿਲਾ ਕੇ ਕੁੱਲ 9 ਜਣਿਆਂ ਦੇ ਅਸਲਾ ਲਾਇਸੈਂਸ ਹੋਣ ਦੇ ਨਾਲ ਪੰਜਾਬ ਪੁਲਿਸ ਨੇ ਗੁਪਤ ਆਪਰੇਸ਼ਨ ਕੀਤਾ ਸ਼ੁਰੂ ਬਣਾਈ ਅੰਮ੍ਰਿਤਪਾਲ ਸਿੰਘ ਸਮੇਤ 10 ਲੋਕਾਂ ਦੀ ਸੂਚੀ ਜੋ 24 ਘੰਟੇ ਹਥਿਆਰਾਂ ਨਾਲ ਰਹਿੰਦੇ ਨੇ ਲੈਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਬੇਟੇ ਦੇ ਕਤਲ ਦੇ ਇਨਸਾਫ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨੇ ਤੇ ਬੈਠੇ ਵਿਰੋਧੀ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਨਾਲ ਰਹੇ ਮੌਜੂਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਭਰੋਸੇ ਮਗਰੋਂ ਧਰਨਾ ਕੀਤਾ ਗਿਆ ਖਤਮ 20 ਮਾਰਚ ਤੋਂ ਬਾਅਦ ਮਿਲਣਗੇ ਸੀਐਮ ਮਾਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਸਰਕਾਰੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀ ਜਾਰੀ ਕਿਹਾ ਸੂਬੇ ਦਾ ਕੋਈ ਵੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈੱਡਕੁਆਰਟਰ ਨਹੀਂ ਛੱਡੇਗਾ ਤਾਂ ਜੋ ਜਨਤਕ ਕੰਮਕਾਜ ਪ੍ਰਭਾਵਿਤ ਨਾ ਹੋਵੇ ਹੋਲੀ ਮੌਕੇ ਬਿਹਾਰ ਦੇ ਲੋਕਾਂ ਦੀ ਲੱਗੀ ਲੋਟਰੀ ਬਸੰਤਰਾਏ ਥਾਣਾ ਖੇਤਰ ਵਿੱਚ ਪਲਟੀ ਆਲੂਆਂ ਨਾਲ ਭਰੀ ਇੱਕ ਪਿਕਅਪ ਵੈਨ ਵਿੱਚ ਸ਼ਰਾਬ ਦੀਆਂ ਬੋਤਲਾਂ ਛੁਪਾ ਕੇ ਲੈ ਜਾ ਰਿਹਾ ਸੀ ਡਰਾਈਵਰ ਮਦਦ ਕਰਨ ਆਏ ਲੋਕ ਝੋਲੇ ਭਰ ਲੁੱਟ ਕੇ ਲੈ ਗਏ ਸ਼ਰਾਬ 30 ਸਾਲ ਬਾਅਦ ਅਚਾਨਕ ਜਿਉਂਦੀ ਵਿਖਾਈ ਦਿੱਤੀ ਮ੍ਰਿਤਕ ਔਰਤ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਸੀ ਪੈਟ੍ਰੀਸੀਆ ਕੈਰੀਬੀਅਨ 1992 ਵਿੱਚ 52 ਸਾਲ ਦੀ ਉਮਰ ਵਿੱਚ ਹੋਈ ਸੀ ਗਾਇਬ 83 ਸਾਲ ਦੀ ਹੋ ਕੇ ਮਿਲੀ ਟਾਪੂ ਪਿਓਟਰੋ ਰੀਕੋ ਤੋਂ ਪਰਿਵਾਰ ਵਾਲੇ ਵੀ ਰਹਿ ਗਏ ਦੰਗ ਖਬਰਾਂ ਦਾ ਸਾਰ ਵਿੱਚ ਤੁਸੀਂ ਸੁਣ ਰਹੇ ਸੀ ਦਿਨ ਭਰ ਦੀਆਂ 10 ਪ੍ਰਮੁੱਖ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ